ਪ੍ਰਾਈਵੇਟ ਮੋਬਾਈਲ ਟੈਲੀਕਾਮ ਕੰਪਨੀਆਂ ਭਾਰਤ ਵਿੱਚ ਆਮ ਲੋਕਾਂ ਦੀਆਂ ਜੇਬਾਂ ਖਾਲੀ ਕਰਨ ਦਾ ਫੈਸਲਾ ਲਈ ਲੈਤਾ ਹੈ। ਕਿਉਂ ਜੇ ਏਅਰਟੈੱਲ, ਜੀਓ, ਵੋਡਾਫੋਨ ਨੇ ਰੀਚਾਰਜ ਮਹਿੰਗੇ ਕਰੀਏ ਅਤੇ ਭਾਰਤ ਦੇ ਹਰ ਨਾਗਰਿਕ ਹੀ ਮੁਸੀਬਤ 'ਚ ਪਾਈ ਲਿਆ ਹੈ। ਕੰਪਨੀਆਂ ਦੇ ਫਾਇਦੇ ਦੀ ਗੱਲ ਕਰਚੇ ਤਾਂ ਨਵੇਂ ਰੀਚਾਰਜ ਦੇ ਰੇਟ ਦੇ ਵਿੱਚ ਰਿਲਾਇੰਸ ਕੰਪਨੀ ਕੀ ਸਾਲਾਨਾ 17,568 ਕਰੋੜ ਰੁਪਏ, ਏਅਰਟੈੱਲ ਕੀ 10,704 ਕਰੋੜ ਅਤੇ ਵੋਡਾਫੋਨ ਆਈਡੀਆ ਕੰਪਨੀ ਕੀ 6,592 ਕਰੋੜ ਦੀ ਆਮਦਨੀ ਹਾਸਲ ਹੋ। 2021 ਦੇ ਬਾਅਦ ਅਚਾਨਕ ਰੀਚਾਰਜ ਵਧਣੇ ਦੇ ਬਾਅਦ ਲੋਕਾਂ ਦੀਆਂ ਜੇਬਾਂ ਪਰ ਅਸਰ ਪਿਆ ਹੈ। ਪ੍ਰਾਈਵੇਟ ਮੋਬਾਈਲ ਕੰਪਨੀਆਂ ਦੇ ਰੀਚਾਰਜ ਵਧਣੇ ਦੇ ਬਾਅਦ BSNL ਦੇ ਹੁਣ ਅੱਛੇ ਦਿਨ ਆਵੇ ਕਰਦੇ ਹਨ। ਕਿਉਂ ਜੇ ਲੋਕਾਂ ਦਾ ਰੁਝਾਨ ਹੁਣ BSNL ਦੀ ਤਰਫ ਵਧਿਆ ਕਰਦਾ ਹੈ। ਟੈਲੀਗ੍ਰਾਮ ਰੈਗੂਲੇਟਰੀ ਅਥਾਰਟੀ ਦੇ ਮੁਤਾਬਕ ਰਿਲਾਇੰਸ ਜੀਓ ਯੂਜ਼ ਕਰਨ ਵਾਲਿਆਂ ਦੀ ਤਾਦਾਦ 48 ਕਰੋੜ ਥਮਾਂ ਮਤੀ ਹੈ, ਏਅਰਟੈੱਲ ਯੂਜ਼ ਕਰਨ ਵਾਲਿਆਂ ਦੀ ਤਾਦਾਦ 39 ਕਰੋੜ ਅਤੇ ਵੋਡਾਫੋਨ ਆਈਡੀਆ ਦੀ ਤਾਦਾਦ 22 ਕਰੋੜ 32 ਲੱਖ ਦੇ ਕਰੀਬ ਹੈ। ਸਭ ਥਮਾਂ ਘੱਟ BSNL ਦੀ ਤਾਦਾਦ ਹੈ ਸਿਰਫ 10 ਕਰੋੜ। ਇਸ ਫੈਸਲੇ ਦੀ ਮਾਰ ਗਰੀਬ ਤਬਕੇ ਕੀ ਲੱਗੀ ਹੈ। ਕਿਉਂ ਜੇ ਦਿਹਾੜੀ ਲਾਈਏ ਅਤੇ ਗੁਜ਼ਰ ਬਸਰ ਕਰਨ ਵਾਲੇ ਮਾਨੂੰ ਕੀ ਇਹ ਰੀਚਾਰਜ ਹੁਣ ਬੋਝ ਬਣੀ ਜਾਗ। ਤਮਾਮ ਕਸਟਮਰ BSNL ਕੀ ਇੱਕ ਨਵੀਂ ਉਮੀਦ ਦੇ ਤੌਰ ਉੱਪਰ ਦੇਖਿਆ ਕਰਦੇ ਹਨ, ਪਰ BSNL ਲੋਕਾਂ ਦੀ ਉਮੀਦ ਉੱਪਰ ਖਰਾ ਉਤਰਗ ਇਹ ਦੇਖਣਾ ਬਾਕੀ ਹੈ। 3 ਜੁਲਾਈ ਕੀ ਲੈਤੇ ਗਏ ਦੇ ਬੜੇ ਫੈਸਲੇ 'ਚ ਰੀਚਾਰਜ ਦੀ ਬੜੋਤਰੀ ਦੇ ਪਲਾਨ ਦੀ ਲਿਸਟ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਹੋ।